ਵੈਰੀ ਗੁੱਡ ਮਾਰਨਿੰਗ ਸਟੂਡੈਂਟਸ ਆਈ ਹੋਪ ਯੂ ਆਲ ਆਰ ਵੈਲ ਐਂਡ ਗੁੱਡ ਆਮ ਯੂਅਰ ਪੰਜਾਬੀ ਟੀਚਰ ਐਂਡ ਟੂਡੇ ਵੀ ਆਰ ਗੋਇੰਗ ਟੂ ਸਟਾਰਟ ਆਵਰ ਥਰਡ ਚੈਪਟਰ ਆਫ ਪੰਜਾਬੀ ਥੈਟ ਇਜ਼ ਅੱਖਰਾਂ ਵਰਣਬੋਧ ਸ਼ੁਰੂ ਕਰਦੇ ਆਂ ਬੱਚੇ ਅੱਖਰਾਂ ਵਰਣ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਚਿੰਨਾਂ ਨੂੰ ਅੱਖਰਾਂ ਵਰਣ ਆਖਦੇ ਹਨ ਅੱਖਰ ਭਾਸ਼ਾ ਦੀ ਸਭ ਤੋਂ ਛੋਟੀ ਅਤੇ ਸਤੰਤਰ ਇਕਾਈ ਹੁੰਦੇ ਹਨ ਇਨਾਂ ਨੂੰ ਹੋਰ ਭਾਗਾਂ ਵਿੱਚ ਵੰਡਿਆ ਨਹੀਂ ਜਾ ਸਕਦਾ ਜਿਵੇਂ ਕਕਾ ਚਚਾ ਨੰਨਾ ਯਈਆ ਅਤੇ ਲੱਲਾ ਆਦਿ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਅੰਕਿਤ ਕਰਨ ਲਈ ਇਹਨਾਂ ਨੂੰ ਲਿਖਤੀ ਰੂਪ ਦੇਣ ਲਈ ਹੁਣ 44 ਚਿੰਨ ਭਾਵ 44 ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਊੜੇ ਤੋਂ ਲੱਲੇ ਪੈਰ ਵਿੰਦੀ ਏ ਲਾ ਤੱਕ ਸਾਰੇ ਅੱਖਰ ਜਾਂ ਵਰਣ ਹੀ ਹਨ ਵਿਆਕਰਨ ਦਾ ਉਹ ਭਾਗ ਜਿਸ ਰਾਹੀਂ ਸਾਨੂੰ ਅੱਖਰ ਲਗਾ ਅਤੇ ਲਗਾਖਰਾਂ ਦੀ ਸਹੀ ਜਾਣਕਾਰੀ ਮਿਲਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਅੱਖਰ ਜਾਂ ਵਰਣਬੋਧ ਅੱਗੇ ਹੈ ਬੱਚੇ ਵਰਣ ਜਾਂ ਅੱਖਰ ਦੀਆਂ ਕਿਸਮਾਂ ਵਰਣ ਜਾਂ ਅੱਖਰ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਕਿਹੜੇ-ਕਿਹੜੇ ਹੈ ਪਹਿਲਾ ਹੈ ਸਵਰ ਅਤੇ ਦੂਜਾ ਹੈ ਵਿਅੰਜਨ ਹੁਣ ਸਵਾਰ ਅੱਖਰ ਕਿਹੜੇ-ਕਿਹੜੇ ਹੁੰਦੇ ਆ ਬੱਚੇ ਸਵਾਰ ਅੱਖਰ ਉਹ ਹੁੰਦੇ ਹਨ ਜਿਨ੍ਹਾਂ ਨੂੰ ਬੋਲਣ ਵੇਲੇ ਕਿਸੇ ਹੋਰ ਸਵਰ ਅੱਖਰ ਦੀ ਲੋੜ ਨਾ ਪਵੇ ਭਾਵ ਜੋ ਕਿਸੇ ਹੋਰ ਸਵਰ ਅੱਖਰ ਦੀ ਸਹਾਇਤਾ ਤੋਂ ਬਿਨਾਂ ਹੀ ਬੋਲੇ ਜਾ ਸਕਣ ਉਹਨਾਂ ਨੂੰ ਅਸੀਂ ਸਵਰ ਕਹਿੰਦੇ ਹਾਂ ਪੰਜਾਬੀ ਵਿੱਚ ਤਿੰਨ ਅੱਖਰ ਹਨ ਊੜਾ ਆੜਾ ਤੇ ਈੜੀ ਇਹ ਕਿਹੜੇ ਅੱਖਰ ਹਨ ਸਵਾਰ ਅੱਖਰ ਹਨ ਊੜਾ ਆੜਾ ਅਤੇ ਈੜੀ ਤੋਂ 10 ਸਵਰ ਤੁनियां ਬਣਦੀਆਂ ਹਨ 10 ਸਵਰ ਤੁड़ियां ਕਿਹੜੀਆਂ ਬਣਦੀਆਂ ਹਨ ਆ ਆ ਈ ਈ ਊ ਊ ਅ ਏ ਇਹ ਬੱਚੇ 10 ਸਵਰ ਤੁਨੀਆ ਇਨ੍ਹਾਂ ਸਵਰ ਅੱਖਰਾਂ ਤੋਂ ਬਣਦੀਆਂ ਹਨ ਦੂਜਾ ਹੈ ਵਿਅੰਜਨ ਵਿਅੰਜਨ ਕੀ ਹੁੰਦਾ ਹੈ ਵਿਅੰਜਨ ਅੱਖਰ ਉਹ ਹੁੰਦੇ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਕਿਸੇ ਹੋਰ ਵਿਅੰਜਨ ਜਾਂ ਸਵਰ ਦੀ ਲੋੜ ਪਵੇ ਉਹਨਾਂ ਅੱਖਰਾਂ ਦਾ ਉਚਾਰਨ ਕਿਸੇ ਹੋਰ ਅੱਖਰਾਂ ਦੀ ਸਹਾਇਤਾ ਨਾਲ ਹੋਵੇ ਉਸ ਨੂੰ ਅਸੀਂ ਵਿਅੰਜਨ ਕਹਿੰਦੇ ਹਾਂ ਗੁਰਮੁਖੀ ਵਰਣ ਵਾਲਾ ਵਿੱਚ ਸ ਸੇ ਤੋੜਾੜੇ ਤੱਕ ਸਾਰੇ ਅੱਖਰ ਹੀ ਵਿਅੰਜਨ ਹਨ ਵਿਅੰਜਨ ਅੱਖਰਾਂ ਦੇ ਦੋ ਹੋਰ ਭਾਗ ਕੀਤੇ ਜਾਂਦੇ ਹਨ ਕਿਹੜੇ ਕਿਹੜੇ ਅਨੁਨਾਸਕ ਅੱਖਰ ਜਾਂ ਨਾਸਕੀ ਵਿਅੰਜਨ ਦੂਜਾ ਹੈ ਦੁੱਤ ਅੱਖਰ ਅਨੁਨਾਸਕ ਅੱਖਰ ਜਾਂ ਨਾਸਕੀ ਵਿਅੰਜਨ ਕਿਹੜੇ ਹੁੰਦੇ ਹਨ ਉਹ ਅੱਖਰ ਜਿਨ੍ਹਾਂ ਨੂੰ ਬੋਲਦੇ ਸਮੇਂ ਜਾਂ ਉਚਾਰਨ ਕਰਦੇ ਸਮੇਂ ਸਾਡੇ ਨੱਕ ਵਿੱਚੋਂ ਆਵਾਜ਼ ਆਉਂਦੀ ਪ੍ਰਤੀਤ ਹੋਵੇ ਉਸ ਨੂੰ ਅਸੀਂ ਅਨੁਨਾਸਕ ਜਾਂ ਨਾਸਕੀ ਵਿਅੰਜਨ ਕਹਿੰਦੇ ਹਾਂ ਪੰਜਾਬੀ ਵਿੱਚ ਪੰਜ ਅਨੁਨਾਸਿਕ ਅੱਖਰ ਹਨ ਜਿਵੇਂ ਔ ਮਾ ਨਾਣਾ ਨੰਨਾ ਮੰਮਾ ਆਦੀ ਇਹਨਾਂ ਜਿਹੜੇ ਬੱਚੇ ਜਿਹੜੇ ਪੰਜ ਅੱਖਰ ਹੈ ਇਹਨਾਂ ਨੂੰ ਬੋਲਦੇ ਹੋਏ ਸਾਡੇ ਨੱਕ ਵਿੱਚੋਂ ਆਵਾਜ਼ ਆਉਂਦੀ ਹੈ ਤਾਂ ਕਰਕੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਨਾਸਕ ਜਾਂ ਨਾਸਕੀ ਵਿਅੰਜਨ ਕਹਿੰਦੇ ਹਾਂ ਦੂਜਾ ਹੈ ਦੁੱਤ ਅੱਖਰ ਦੁੱਤ ਅੱਖਰ ਦੋ ਅੱਖਰਾਂ ਦੇ ਮੇਲ ਤੋਂ ਬਣਦੇ ਹਨ ਇਹਨਾਂ ਵਿੱਚੋਂ ਇੱਕ ਅੱਖਰ ਅੱਧੇ ਰੂਪ ਵਿੱਚ ਵਿਅੰਜਨ ਅੱਖਰਾਂ ਦੇ ਪੈਰ ਵਿੱਚ ਲੱਗਦਾ ਹੈ ਇਹ ਦੋਵੇਂ ਮਿਲ ਕੇ ਇਕੱਠੀ ਆਵਾਜ਼ ਪ੍ਰਗਟ ਕਰਦੇ ਹਨ ਜਦੋਂ ਅਸੀਂ ਦੁੱਤ ਅੱਖਰ ਦੀ ਵਰਤੋਂ ਕਰਦੇ ਹਾਂ ਤਾਂ ਵਿਅੰਜਨ ਦੀ ਆਵਾਜ਼ ਦੋਹਰੀ ਹੋ ਜਾਂਦੀ ਹੈ ਭਾਵ ਕਿ ਉਹ ਸਾਨੂੰ ਇਕੱਠੀ ਆਵਾਜ਼ ਪ੍ਰਗਟ ਕਰਦੇ ਹਨ ਕਿਹੜੇ ਕਿਹੜੇ ਹੁੰਦੇ ਆ ਬੱਚੇ ਇਹ ਹਾ ਹਾ ਰਾ ਰਾ ਤੇ ਵਾ ਵਾ ਇਹ ਜਿਹੜੇ ਬੱਚੇ ਤਿੰਨ ਅੱਖਰ ਹੈ ਉਹ ਵਿਅੰਜਨ ਦੇ ਪੈਰ ਵਿੱਚ ਪੈਂਦੇ ਹਨ ਜਿਵੇਂ ਪੜ ਹੜ ਉਹਨਾ ਪੜਾਈ ਸੁੰਨ ਗੁੰਨ ਮਿਲ ਆਦੀ ਰਾ ਪ੍ਰੇਮ ਪ੍ਰਮਾਤਮਾ ਪ੍ਰਿੰਸੀਪਲ ਪਾ ਪ੍ਰਭਾਵ ਸanskrit adi ایتھے ਦੇਖੋ ਬੱਚੇ ਜਿਹੜਾ ਰਾਰਾ ਹੈ ਉਹ ਪੈਰ ਵਿੱਚ ਪਿਆ ਹੋਇਆ ਹੈ ایتھے ਸਵੈਮਾਨ ਸਵੈਜੀਵਨੀ ਸਵੈ ਪ੍ਰਗਟਾਵਾ ਸਵੈ ਇੱਛਾ ایتھے ਜਿਹੜਾ ਵਾਵਾ ਹੈ ਉਹ ਪੈਰ ਵਿੱਚ ਪਿਆ ਹੋਇਆ ਹੈ ਤੇ ਜਿਤੜੇ ਤਿੰਨੇ ਦੁੱਤ ਅੱਖਰ ਹਨ ਜਿਹੜੇ ਕਿ ਪੈਰ ਵਿੱਚ ਪੈਂਦੇ ਹਨ ਤੇ ਵਿਅੰਜਨ ਦੀ ਆਵਾਜ਼ ਨੂੰ ਦੁਹਰਾ ਕਰਦੇ ਹਨ ਪਿਆਰੇ ਬੱਚਿਓ ਇਹਨਾਂ ਦੁੱਤ ਅੱਖਰਾਂ ਵਿੱਚੋਂ ਵਾਵਾ ਜਿਹੜਾ ਹੈਗਾ ਉਹਦੀ ਵਰਤੋਂ ਲਗਭਗ ਬੰਦ ਹੀ ਹੋ ਗਈ ਹੈ ਇਸ ਤਰ੍ਹਾਂ ਰਾਰਾ ਅੱਖਰ ਵੀ ਹੁਣ ਅੱਧਾ ਨਾ ਪਾ ਕੇ ਪੂਰਾ ਹੀ ਪਾ ਲਿਆ ਜਾਂਦਾ ਹੈ ਭਾਵ ਕਿ ਅੱਜਕੱਲ ਇਹ ਜਿਹੜੇ ਦੋਨੇ ਅੱਖਰ ਹੈ ਉਹਨਾਂ ਦੀ ਵਰਤੋਂ ਜਿਹੜੀ ਉਹ ਬਹੁਤ ਘੱਟ ਗਈ ਹੈ ਵਰਨ ਦੀਆਂ ਕਿਸਮਾਂ ਪੰਜਾਬੀ ਵਰਣਮਾਲਾ ਜਾਂ ਗੁਰਮੁਖੀ ਵਰਣਮਾਲਾ ਦੇ ਸਾਰੇ ਅੱਖਰਾਂ ਨੂੰ ਅੱਠ ਵਰਗਾਂ ਵਿੱਚ ਵੰਡਿਆ ਗਿਆ ਹੈ ਵਰਣਮਾਲਾ ਅੱਖਰ ਜਾਂ ਵਰਨਾਂ ਨੂੰ ਜੇਕਰ ਸਹੀ ਤਰਤੀਬ ਵਿੱਚ ਲੇਖ ਦਿੱਤਾ ਜਾਵੇ ਤਾਂ ਇੱਕ ਮਾਲਾਤ ਦੀ ਤਰ੍ਹਾਂ ਜਾਪਦੇ ਹਨ ਇਹਨਾਂ ਵਰਣਮਾਲਾ ਨੂੰ ਵਰਣਮਾਲਾ ਹੀ ਕਹਿੰਦੇ ਹਨ ਪਹਿਲਾ ਵਰਣਮਾਲਾ ਵਿੱਚ 35 ਅੱਖਰ ਸਨ ਫਿਰ ਬਾਅਦ ਵਿੱਚ ਕੁਝ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਗਾ ਕੇ 6 ਅੱਖਰ ਛਸ਼ੇ ਪੈਰ ਬਿੰਦੀ ਇਹ ਸ਼ਾ ਬੋਲੇ ਖਖੇ ਪੈਰ ਬਿੰਦੀ ਇਹ ਖਾ ਬੋਲੇ ਗਗੇ ਪੈਰ ਬਿੰਦੀ ਇਹ ਗਾ ਬੋਲੇ ਜਜੇ ਪੈਰ ਬਿੰਦੀ ਇਹ ਜਾ ਬੋਲੇ ਫਫੇ ਪੈਰ ਬਿੰਦੀ ਇਹ ਫਾ ਬੋਲੇ ਲੱਲੇ ਪੈਰ ਬਿੰਦੀ ਇਹ ਲਾ ਬੋਲੇ ਇਹ ਅੱਖਰ ਵੀ ਇਹਦੇ ਵਿੱਚ ਸ਼ਾਮਿਲ ਕਰ ਲਏ ਗਏ ਹਨ ਇਹਨੂੰ ਇਸ ਨੂੰ ਅਸੀਂ ਨਵੀਨ ਵਰਗ ਵੀ ਕਹਿੰਦੇ ਹਾਂ ਜਿਸ ਨਾਲ ਹੁਣ ਵਰਣਮਾਲਾ ਵਿੱਚ ਅੱਖਰਾਂ ਦੀ ਗਿਣਤੀ 41 ਹੋ ਗਈ ਹੈ 35 ਤੋਂ 41 ਹੋ ਗਈ ਹੈ ਇਹ ਨਵੇਂ ਵਰਗ ਦੇ 6 ਅੱਖਰਾਂ ਨੂੰ ਨਵੀਨ ਟੋਲੀ ਵਰਗ ਕਿਹਾ ਜਾਂਦਾ ਹੈ ਇਹ ਬੱਚੇ ਗੁਰਮੁਖੀ ਵਰਣਮਾਲਾ ਦੇ ਹੁਣ ਵਰਗ ਕਿਹੜੇ-ਕਿਹੜੇ ਹਨ ਪਹਿਲਾ ਵਰਗ ਹੈ ਬੱਚੇ ਊੜੇ ਵਾਲੀ ਲਾਈਨ ਨੂੰ ਅਸੀਂ ਮੁੱਖ ਵਰਗ ਕਹਿੰਦੇ ਹਾਂ ਦੂਜੀ ਲਾਈਨ ਕੱਕੇ ਕੱਕੇ ਵਾਲੀ ਲਾਈਨ ਨੂੰ ਕ ਵਰਗ ਤੀਜਾ ਚੱਚੇ ਵਾਲੀ ਲਾਈਨ ਨੂੰ ਚ ਵਰਗ ਚੌਥਾ ਟੈਂਕੇ ਵਾਲੀ ਲਾਈਨ ਨੂੰ ਟ ਵਰਗ ਪੰਜਵਾਂ ਤੱਤੇ ਵਾਲੀ ਲਾਈਨ ਨੂੰ ਟ ਵਰਗ 6ਵਾਂ ਪੱਪੇ ਵਾਲੀ ਲਾਈਨ ਨੂੰ ਪਵਰਗ 7ਵਾਂ ਯਈਏ ਵਾਲੀ ਲਾਈਨ ਨੂੰ ਅੰਤਿਮ ਵਰਗ ਕਿਹਾ ਜਾਂਦਾ ਹੈ ਤੇ 8ਵਾਂ ਜੋ ਅਸੀਂ ਪਹਿਲਾਂ ਪੜ੍ਹ ਕੇ ਹਟਿਆ ਸਸ਼ੇ ਪਰਿੰਦੀਏ ਵਾਲੀ ਲਾਈਨ ਨੂੰ ਨਵੀਨ ਵਰਗ ਜਾਂ ਨਵੀਨ ਟੋਲੀ ਕਿਹਾ ਜਾਂਦਾ ਹੈ ਹੁਣ ਮੈਂ ਤੁਹਾਨੂੰ ਕੁਝ ਯਾਦ ਰੱਖਣ ਜੋ ਗੱਲਾਂ ਦੱਸਾਂਗੀ ਉਹ ਤੁਸੀਂ ਆਪਣੇ ਦਿਮਾਗ ਵਿੱਚ ਰੱਖਣੀਆਂ ਹਨ ਕਿ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਚਿੰਨਾਂ ਜਾਂ ਅੱਖਰਾਂ ਨੂੰ ਵਰਨਕਦੇ ਹਨ ਦੂਜਾ ਅੱਖਰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੇ ਹਨ ਤੀਜਾ ਜਦੋਂ ਕਿਸੇ ਭਾਸ਼ਾ ਦੇ ਅੱਖਰਾਂ ਨੂੰ ਖਾਸ ਤਰਤੀਬ ਵਿੱਚ ਲਿਖਿਆ ਜਾਂਦਾ ਹੈ ਤਾਂ ਇਹ ਵਰਣਮਾਲਾ ਬਣ ਜਾਂਦੀ ਹੈ ਵਰਣਮਾਲਾ ਨੂੰ ਅੱਠ ਵਰਗਾਂ ਵਿੱਚ ਵੰਡਿਆ ਗਿਆ ਹੈ ਵਰਣ ਜਾਂ ਅੱਖਰ ਜਿਹੜੇ ਹੁੰਦੇ ਹਨ ਉਹ ਦੋ ਪ੍ਰਕਾਰ ਦੇ ਹੁੰਦੇ ਹਨ ਸਵਾਰ ਅਤੇ ਵਿਅੰਜਨ ਛੇ ਮਾ ਪੰਜਾਬੀ ਵਿੱਚ ਤਿੰਨ ਦੁੱਤ ਅੱਖਰ ਹੁੰਦੇ ਹਨ ਤੇ ਹੁਣ ਬੱਚੇ ਤੁਸੀਂ ਇਸ ਪਾਰਟ ਨੂੰ ਦੋ ਵਾਰੀ ਪੜ੍ਹਨਾ ਹੈ ਤੇ ਯਾਦ ਕਰਨਾ ਹੈ ਅਤੇ ਇਸ ਦੇ ਪਿੱਛੇ ਜੋ ਬੈਕ ਐਕਸਰਸਾਈਜ਼ ਦਿੱਤੀ ਗਈ ਹੈ ਉਸ ਨੂੰ ਵੀ ਤੁਸੀਂ ਹੱਲ ਕਰਨਾ ਹੈ ਤੇ ਪ੍ਰਸ਼ਨ ਉਤਰਾਂ ਨੂੰ ਆਪਣੀ ਕਾਪੀ ਦੇ ਵਿੱਚ ਨੋਟ ਕਰਨਾ ਹੈ ਸੋ ਵੀ ਵਿਲ ਵੀ ਵਿਲ ਮੀਟ ਇਨ ਦ ਨੈਕਸਟ ਕਲਾਸ ਚ ਸੀ ਯੂ ਸੂਨ ਥੈਂਕਸ ਐਂਡ ਹੈਵ ਅ ਨਾਈਸ ਡੇ